ਦਿੱਲੀ ਕੂਚ ਨੂੰ ਲੈ ਕੇ ਜਥੇਬੰਦੀਆਂ ਜਿਹੜੀਆਂ ਹੈਗੀਆਂ, ਹੁਣ SKM ਨੇ ਵੱਖਰੇ ਕਾਲ ਦਿੱਤੀ ਹੈ ਵੀ ਅਸੀਂ ਦਿੱਲੀ ਜਾਵਾਂਗੇ ਪਰ ਟ੍ਰੇਨਾਂ 'ਚ ਜਾਵਾਂਗੇ, ਕੀ ਲੱਗਦਾ ਵੀ ਇੱਕ ਪਲੇਟਫਾਰਮ 'ਤੇ ਕਿਉਂ ਨਹੀਂ ਆ ਰਹੀ ਹਾਲੇ ਤੱਕ? ਦੇਖੋ, ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਜੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀਆਂ ਦੋ ਫੋਰਮਾਂ ਬਣੀਆਂ ਨੇ, ਇਹਨਾਂ ਫੋਰਮਾਂ ਵੱਲੋਂ ਮਤਲਬ ਕਿ ਜੋ 9 ਦਸੰਬਰ 2021 ਨੂੰ ਲਿਖਤੀ ਵਾਅਦੇ ਕੀਤੇ ਸੀ ਕੇਂਦਰ ਸਰਕਾਰ ਨੇ, ਉਹ ਪੂਰੇ ਨਹੀਂ ਕੀਤੇ, ਜਿਸ ਕਰਕੇ ਅਸੀਂ ਉਹ ਮੋਰਚਾ ਲਾਇਆ, ਦਿੱਲੀ ਜਾਣ ਦੀ ਤਿਆਰੀ ਕੀਤੀ, ਰੋਕਿਆ ਗਿਆ, ਅਸੀਂ ਉੱਥੇ ਰੁਕ ਗਏ ਔਰ ਸਾਡਾ ਇਹ ਫੈਸਲਾ ਕਿ ਅਸੀਂ ਹੁਣ ਉੱਥੇ ਰਵਾਂਗੇ ਜਦੋਂ ਸਰਕਾਰ ਸਾਨੂੰ ਅੱਗੇ ਨਹੀਂ ਜਾਣ ਦਿੰਦੀ, ਅਤੇ ਅਸੀਂ ਇਸ ਤੋਂ ਵੱਧ ਬੱਚਿਆਂ ਦਾ ਨੁਕਸਾਨ ਨਹੀਂ ਕਰਾ ਸਕਦੇ। ਲੇਕਿਨ ਸਰਕਾਰ ਦੇ ਮੋਦੀ ਦੇ ਜੋ ਮਨਸੂਬੇ ਨੇ ਉਹ ਬਹੁਤ ਖਤਰਨਾਕ ਨੇ। ਤੁਸੀਂ ਇਹ ਦੇਖੋ, ਉਹ ਤੁਸੀਂ ਇਹ ਵੇਖੋ ਕਿ ਅਜੇ ਟੈਣੀ ਮਿਸ਼ਰਾ ਜਿਹਨੇ ਸਾਡੇ 4 ਕਿਸਾਨਾਂ ਦਾ ਅਤੇ ਪੱਤਰਕਾਰ ਦਾ ਸ਼ਰੇਆਮ ਗੱਡੀਆਂ ਦੇ ਥੱਲੇ ਦੇ ਕੇ ਕਤਲ ਕਰਨਾ, ਅਤੇ ਉਹਦੀ ਅਸੀਂ ਬਰਖਾਸਤੀ ਨੂੰ ਮਤਲਬ ਕਿ ਕਹਿ ਰਹੇ ਸਾਂ, ਬਰਖਾਸਤਾ ਕੀ ਕਰਨਾ ਸੀ ਉਹਨੂੰ, ਜਿਹੜੀਆਂ ਅਗਲੀਆਂ ਇਲੈਕਸ਼ਨਾਂ ਹੁਣ 2024 ਦੀਆਂ ਉਹ 'ਚ ਵੀ ਉਹਨੂੰ ਟਿਕਟ ਦੇ ਦਿੱਤੀ ਹੈ। ਸੋ ਉਹਦੇ ਮਨਸੂਬੇ ਕੀ ਨੇ, ਇਹਦੇ ਵਿੱਚ ਉਹ ਪਾਰਟੀਆਂ ਕੀ ਕਰ ਰਹੀਆਂ ਨੇ, ਸਾਨੂੰ ਕੀ ਕਰਨਾ ਚਾਹੀਦਾ? ਅੱਜ ਇਹ ਜਿਹੜੇ ਫੈਸਲੇ, ਅੱਜ ਉਹ ਕਰਨ ਦੀ ਲੋੜ ਨਹੀਂ, ਅੱਜ ਜਿਹੜੇ ਪ੍ਰੋਗਰਾਮ ਦਿੱਤੇ ਨੇ ਜਿਸ ਤਰ੍ਹਾਂ ਪਹਿਲਾਂ ਫੈਸਲੇ ਕੀਤੇ ਸੀ ਉਹ ਕਦੇ ਕਰਨ ਦਿਓ, ਫਿਰ ਕਿਤੇ ਮੌਕਾ ਮਿਲਿਆ ਅਤੇ ਵਿਸਤਾਰ ਨਾਲ ਗੱਲ ਕਰਾਂਗਾ, ਮੈਂ ਇੰਨਾ ਹੀ ਕਹਾਂਗਾ। ਇੱਕ ਤੁਹਾਡੀ ਡਿਊਟੀ ਵੀ ਲੱਗੀ ਸੀ ਵੀ ਜਿਹੜੇ ਕਿਸਾਨ ਜ਼ਖਮੀ ਹੈ ਉਹਨਾਂ ਦਾ ਹਾਲ ਜਾਣਨ ਲਈ ਵੀ ਤੁਸੀਂ ਗਏ ਹੋ, PGI ਵੀ ਗਏ ਹੋ, ਅਤੇ ਕੀ ਹਾਲਾਤ ਕੀ ਹੈ ਹੁਣ? ਦੇਖੋ, ਮੈਂ ਜਾਣਨ ਗਿਆ ਨਹੀਂਗਾ, ਤੁਹਾਨੂੰ ਪਤਾ ਮੈਂ ਰੋਹਤਕ ਤੋਂ ਬੱਚੇ ਨੂੰ ਬਘਿਆੜ ਦੀਆਂ ਜਾੜਾਂ 'ਚੋਂ ਕੱਢ ਕੇ ਲਿਆਇਆ, ਅਤੇ ਲਗਾਤਾਰ ਉਹਨਾਂ ਬੱਚਿਆਂ ਨੂੰ ਜਿਹੜੇ ਨੇ ਉਹਨਾਂ ਦਾ ਇਲਾਜ ਕਰਾ ਰਹੇ ਹਾਂ। ਔਰ ਜਿਹੜੇ ਬੱਚਿਆਂ ਨੇ ਅਜੇ ਤੱਕ ਇਸ ਗੱਲ ਤੋਂ ਡਰਦਿਆਂ ਆਪਣੇ ਐਡਰੈਸ ਨਹੀਂ ਦਿੱਤੇ, ਸੈਂਕੜੇ ਬੰਦਿਆਂ ਦੇ ਸਾਡੇ ਕੋਲ ਰਿਕਾਰਡ ਆ ਗਿਆ, ਬਹੁਤ ਸਾਰੇ ਸੈਂਕੜੇ ਨੌਜਵਾਨ ਉਹ ਨੇ ਜਿਹੜੇ ਕਿ ਜੇ ਆਪਣੇ ਨਾਂ ਪਤ ਨਹੀਂ ਦੱਸ ਰਹੇ। ਤੁਹਾਡੇ ਚੈਨਲ ਦੇ ਰਾਹੀਂ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਸਾਡੇ ਤੱਕ ਪਹੁੰਚ ਕਰਨ, ਅਤੇ ਅਸੀਂ ਉਹਨਾਂ ਦਾ ਜਿਹੜਾ ਇਲਾਜ ਸਹੀ ਢੰਗ ਨਾਲ, ਅਤੇ ਇੱਕ ਅਸੀਂ ਜਿਹੜਾ ਕੋਰਟ ਕੇਸ ਕਰ ਰਹੇ ਹਾਂ ਕਿ ਸਾਡੇ ਇੰਨੇ ਜ਼ਖਮੀ ਨੇ, ਅਸੀਂ ਉਹ ਸਾਰਾ ਰਿਕਾਰਡ ਇਕੱਠਾ ਕਰ ਰਹੇ ਹਾਂ। ਅਤੇ ਮੈਂ ਬੇਨਤੀ ਕਰਾਂਗਾ ਕਿ ਮੇਰਾ ਨੰਬਰ 75-890-00-547 75-890-00-547 ਮੇਰੇ ਨਾਲ ਸੰਪਰਕ ਕਰ ਲੈਣ, ਜਾਂ ਉਹ ਆਪਣੇ ਜ਼ਿਲ੍ਹਿਆਂ ਦੇ ਵਿੱਚ ਜਾਂ ਸਾਡੀਆਂ ਸਟੇਜਾਂ ਤੱਕ ਜਿਹੜਾ ਪਹੁੰਚ ਕਰਨ, ਤਾਂ ਕਿ ਅਸੀਂ ਉਹਨਾਂ ਦਾ ਰਿਕਾਰਡ ਬਣਾ ਸਕੀਏ। ਅੱਛਾ, ਕਿੰਨੇ ਕੁ ਹੋ ਸਕਦੇ ਤੁਹਾਨੂੰ ਲੱਗਦਾ ਵੀ ਜ਼ਖਮੀ ਕਿੰਨੇ ਕਿਸਾਨ ਹੈਗੇ ਆ? ਸੈਂਕੜੇ ਦੀ ਗਿਣਤੀ ਦਾ ਹੋ ਸਕਦਾ ਹਜ਼ਾਰਾਂ 'ਚ ਹੀ, ਸੈਂਕੜੇ ਤਾਂ ਸਾਡੇ ਕੋਲ ਆ ਚੁੱਕੇ ਨੇ। ਅਥਰੂ ਗੈਸ ਦੇ ਰਬੜ ਦੀ ਗੋਲੀਆਂ ਦੇ ਨਾਲ ਹੋਏ? ਇਕੱਲੇ ਰਬੜ ਦੀਆਂ ਗੋਲੀਆਂ ਨਾਲ ਕਿਉਂ ਹੋਏ ਆ? ਜਿਹੜੀ ਸ਼ੁਭ ਕਰਨ ਦੀ ਜਿਹਦੀ ਆਦਤ ਆਪਾਂ ਭੋਗਤੇ ਆਏ ਹਾਂ, ਇਹ ਕੁਛ ਰਬੜ ਦੀ ਗੋਲੀ ਨਾਲ ਮੌਤ ਹੋਈ ਆ? SLR-ਾਂ ਚੱਲੀਆਂ ਉੱਥੇ, 303 ਚੱਲੀਆਂ, 12 ਬੋਰ ਚੱਲੀਆਂ ਉੱਥੇ, ਸਾਰੇ ਚੱਲੇ ਨੇ, ਅਤੇ ਇਹ ਇਕੱਲੇ ਰਬੜ ਦੀਆਂ ਗੋਲੀਆਂ ਨਹੀਂ, ਸਾਰਿਆਂ ਦੇ ਨਾਲ ਜਿਹੜਾ ਉਹ ਹੋਇਆ ਸਭ ਕੁਛ। ਅੱਛਾ, ਪ੍ਰਿਤਪਾਲ ਦੀ ਕੀ ਸਥਿਤੀ ਹੈਗੀ ਹੈ? ਪ੍ਰਿਤਪਾਲ ਦੀ ਸਥਿਤੀ ਅਜੇ ਤੱਕ ਉਹ ਬੋਲਿਆ ਨਹੀਂ, ਅਜੇ ਤੱਕ ਉਹ ਗੱਲ ਕਰਨ ਦੇ ਕਾਬਲ ਨਹੀਂ ਹੈਗਾ, ਲੇਕਿਨ ਡਾਕਟਰਾਂ ਦੇ ਮੁਤਾਬਕ ਸਥਿਤੀ ਠੀਕ ਹੈ। ਉਹ ਸਿਆਣ ਦਾ ਸਭ ਕੁਛ ਕਰਦਾ, ਕੋਈ ਗੱਲ, ਉਹ ਸਿਆਣ ਦਾ ਸਭ ਕੁਛ ਕਰਦਾ, ਸਿਆਣ ਰਿਹਾ, ਅਤੇ ਲੇਕਿਨ ਅਜੇ ਉਹ ਗੰਭੀਰ ਮਤਲਬ ਕਿ ਹਾਲਾਤ। ਡੱਲੇਵਾਲ ਸਾਹਿਬ ਨੇ ਵੀ ਬੋਲਿਆ ਵੀ PGI ਦੇ ਵਿੱਚੋਂ ਹਰਿਆਣਾ ਸਰਕਾਰ ਆਪਣੇ ਕੋਲ ਲੈ ਕੇ ਜਾਣਾ ਚਾਹੁੰਦੀ ਦੁਬਾਰਾ ਕਸਟਡੀ ਦੇ ਵਿੱਚ। ਬਿਲਕੁਲ, ਉੱਥੇ ਪਹਿਰੇ 'ਤੇ ਆ, ਅਤੇ ਮੈਂ ਰਾਤ ਹੀ ਉੱਥੇ ਪਹਿਰੇ ਦੇਣ ਦਾ, ਮੈਂ ਤਾਂ ਅੱਜ ਇੱਥੇ ਆਇਆ, ਮੇਰੀ ਜਿਹੜੀ ਡਿਊਟੀ ਆ ਉਹ ਪ੍ਰਿਤਪਾਲ ਦੇ ਉੱਤੇ ਆ,
ਤੇ ਮੈਂ ਉੱਥੇ ਨਿਗਰਾਨੀ ਜਿਹੜੀ ਆ ਪੰਜਾਬ ਪੁਲਿਸ ਦੀ ਵੀ ਉੱਥੇ ਜਿਹੜੀ ਆ ਸਕਿਉਰਟੀ ਜਿਹੜੀ ਆ ਉਹ ਲਵਾਈ ਹੋਈ ਆ। ਅਸੀਂ ਆਪਣਾ ਪੂਰਾ ਧਿਆਨ ਜਿਹੜਾ ਰੱਖ ਰਹੇ ਹਾਂ, ਪਰ ਹਰਿਆਣਾ ਪੁਲਿਸ ਜਿਹੜੀ ਆ ਉਹ ਇਸ ਗੱਲ ਦੇ ਉੱਤੇ ਆ ਵਜੇ ਦਾ ਕਿ ਅਸੀਂ ਇਹਨੂੰ ਜ਼ਬਰਦਸਤੀ ਜਿਹੜਾ ਇੱਥੋਂ ਚੁੱਕ ਕੇ ਲੈ ਜਾਈਏ। ਉਹਨਾਂ ਨੂੰ ਇਹ ਵੀ ਆ ਵੀ ਜੇ ਕਿਤੇ ਇਹਨੇ ਬਿਆਨ ਦੇ ਦਿੱਤੇ ਤਾਂ ਫਿਰ ਉਹ 'ਚ ਬਹੁਤ ਲੋਕ ਜਿਹੜੇ ਆ ਉਹ ਹਰਿਆਣਾ ਪੁਲਿਸ ਦੇ ਜਿਹੜੇ ਉਹ ਫਸਣੇ ਆ, ਜਿਸ ਕਰਕੇ ਉਹਨਾਂ ਨੂੰ ਇਹ ਆ ਕਿ ਅਸੀਂ ਇੱਥੋਂ ਕਿਸੇ ਵੀ ਤਰੀਕੇ ਨਾਲ ਬਿਆਨ ਦੇਣ ਤੋਂ ਪਹਿਲਾਂ ਅਸੀਂ ਚੁੱਕ ਕੇ ਲੈ ਜਾਈਏ। ਤੁਸੀਂ ਪਰਿਵਾਰ ਨਾਲ ਮਿਲੇ ਹੋਵੋਗੇ, ਟੌਰਚਰ ਕਿਵੇਂ ਕੀਤਾ ਗਿਆ? ਟੌਰਚਰ ਤਾਂ ਦੇਖੋ ਪਰਿਵਾਰ ਤੋਂ ਪਹਿਲਾਂ ਦਾ ਉਹਦੇ ਪਿਤਾ ਉਹਦੇ ਨਾਲ ਸਨ, ਸਾਰਾ ਕੁਝ ਦੱਸਿਆ ਸਾਡੇ ਸਾਹਮਣੇ ਜਿਹੜੇ ਨੌਜਵਾਨ ਨੇ ਸਾਡੇ ਉਹਨਾਂ ਨੇ ਦੱਸਿਆ ਕਿ ਉੱਥੋਂ ਫੜ ਕੇ ਲੰਗਰ ਦੀ ਸੇਵਾ ਕਰ ਰਿਹਾ, ਪੰਜਾਬ ਦੇ ਇਲਾਕੇ 'ਚੋਂ ਉਹਨੂੰ ਫੜ ਕੇ ਲੈ ਗਏ ਨੇ। ਫਿਰ ਉਹਨੂੰ ਜਿਹੜੀ ਕੁੱਟਮਾਰ ਕੀਤੀ ਉਹ ਵੀ ਤੁਹਾਡੇ ਸਾਹਮਣੇ ਮੈਂ ਸਭ ਕੁਝ ਦੱਸ ਚੁੱਕਾ, ਔਰ ਬੋਰੀ 'ਚ ਪਾ ਕੇ ਯਾਰ ਉਹਨੂੰ ਕੁੱਟਿਆ। ਕੁੱਟਣ ਤੋਂ ਬਾਅਦ ਜਿਹੜੀ ਹਾਲਤ ਉਹਦੀ ਰੋਹਤਕ ਹਸਪਤਾਲ ਦੇ ਵਿੱਚ ਹੋਈ, ਉੱਥੇ ਬੁੱਚੜ ਡਾਕਟਰ ਜਿਨ੍ਹਾਂ ਨੇ ਉਹਨੂੰ ਪੀਣ ਤੱਕ ਪਾਣੀ ਦਾ ਘੁੱਟ ਨਹੀਂ ਪਿਆ ਕੋਈ ਲਿਕੁਇਡ, ਕਿਉਂਕਿ ਮੂੰਹ ਤੋਂ ਉਹਦਾ ਜਬਾੜਾ ਥੱਲੇ ਡਿੱਗਿਆ ਹੋਇਆ, ਜ਼ਬਾਨ ਤਾਣ ਲੱਗੀ ਹੋਈ ਆ, ਮੂੰਹ ਤੋਂ ਪੀ ਨਹੀਂ ਸਕਦਾ। ਡਾਕਟਰਾਂ ਦਾ ਫਰਜ਼ ਬਣਦਾ ਸੀ ਕਿ ਉਹ ਨੱਕ 'ਚ ਪਾਈਪ ਪਾ ਕੇ ਅਤੇ ਉਹਨੂੰ ਲਿਕੁਇਡ ਕੋਈ ਦੁੱਧ ਕੋਈ ਚਾਹ ਪਾਣੀ ਦਿੰਦੇ, ਪਰ ਨਹੀਂ ਦਿੱਤਾ। ਮੈਂ ਇਹ ਗੱਲ ਕਹਾਂਗਾ, ਜਿੱਥੇ ਹਰਿਆਣਾ ਪੁਲਿਸ ਦੀਆਂ ਫੋਰਸਾਂ, ਮੋਦੀ ਦੀਆਂ ਗੁੰਡਾ ਫੋਰਸਾਂ ਨੇ ਜਿੱਥੇ ਉੱਥੇ ਤਸ਼ੱਦਦ ਤੇ ਜੁਰਮ ਕੀਤਾ, ਉੱਥੇ ਰੋਹਤਕ PGI ਦੇ ਹਸਪਤਾਲ ਦੇ ਡਾਕਟਰਾਂ ਨੇ ਵੀ ਕੋਈ ਗੁੰਡਾਗਰਦੀ ਤੋਂ ਘੱਟ ਨਹੀਂ ਕੀਤਾ। ਉਹਨਾਂ ਨੇ ਵੀ ਉੱਥੇ ਜਿਹੜਾ ਉਹ ਦਰਿੰਦ ਮਤਲਬ ਕਿ ਦਰਿੰਦਿਆਂ ਵਾਲਾ ਰਸੂਕ ਵਰਤਿਆ, ਪਰ ਇੱਕ ਬੰਦਾ ਉੱਥੋਂ ਦਾ ਜਿਹੜਾ ਸੁਪਰੀਡੈਂਟ ਹੈ ਕੁੰਦਨ ਨਾਂ ਦਾ, ਉਹ ਨੇਕ ਆਦਮੀ, ਉਹਨੇ ਸਾਡੇ ਨਾਲ ਵਧੀਆ ਰਸੂਕ ਕੀਤਾ। ਮੈਂ ਕਿਹੜੀ ਜਗ੍ਹਾ ਦਾ? PGI ਰੋਹਤਕ ਹਸਪਤਾਲ। ਜਿਹਨੇ ਚੰਗਾ ਸਾਡੇ ਨਾਲ ਵਿਹਾਰ ਕੀਤਾ ਉਹਦਾ ਚੰਗਾ ਕਹਾਂਗੇ, ਜਿਹਨੇ ਮਾੜਾ ਕੀਤਾ ਉਹਦਾ ਮਾੜਾ ਕਹਾਂਗੇ, ਸੱਚ ਕਹਿਣ ਤੋਂ ਗਰੇਜ਼ ਨਹੀਂ ਕਰਾਂ। ਬਿਲਕੁਲ, ਕਿਸਾਨ ਲੀਡਰ ਬਲਦੇਵ ਸਿੰਘ ਸਿਰਸਾ ਆਇਆ, ਇਹਨਾਂ ਦੀ ਡਿਊਟੀ ਲੱਗੀ ਹੋਈ ਸੀ ਵੀ ਜਿੰਨੇ ਵੀ ਕਿਸਾਨ ਜ਼ਖਮੀ ਆ ਉਹਨਾਂ ਦਾ ਇੱਕ ਲਿਸਟ ਤਿਆਰ ਕਰਨੀ, ਉਹਨਾਂ ਦੀ ਦੇਖ ਰੇਖ ਕਰਨੀ, ਉਹਨਾਂ ਦੀ ਨਿਗਰਾਨੀ ਰੱਖਣੀ। ਪ੍ਰਿਤਪਾਲ ਮਾਮਲੇ ਦੇ ਵਿੱਚ ਵੀ ਇਹਨਾਂ ਨੇ ਕਾਫੀ ਅਹਿਮ ਭੂਮਿਕਾ ਨਿਭਾਈ ਹੈ। ਪ੍ਰਿਤਪਾਲ ਨੂੰ PGI ਰੋਹਤਕ ਤੋਂ ਹੁਣ PGI ਚੰਡੀਗੜ੍ਹ ਸ਼ਿਫਟ ਕਰ ਦਿੱਤਾ ਗਿਆ। ਕੈਮਰਾ ਪਰਸਨ ਹਰਵਿੰਦਰ ਸਿੰਘ ਦੇ ਨਾਲ ਰਾਹੁਲ ਕਾਲਾ ਦਾ ਖਾਲਸ TV ਬਠਿੰਡਾ ਵੱਲੋਂ ਪਿੰਡ।